ਰਾਜਪੁਰਾ ਵਿੱਚ ਪੇਰੈਂਟਸ ਐਸੋਸੀਏਸ਼ਨ ਵੱਲੋਂ ਪੇਰੈਂਟਸ ਬੁੱਕ ਡਿਪੂ ਨਾਮ ਦੀ ਦੁਕਾਨ ਦਾ ਉਦਘਾਟਨ ਕੀਤਾ ਗਿਆ, ਜਿਸ ਨੂੰ ਪੇਰੈਂਟਸ ਐਸੋਸੀਏਸ਼ਨ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਤਮੋਲੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਖੋਲ੍ਹਿਆ। ਇਸ ਮੌਕੇ ਉਨ੍ਹਾਂ ਵੱਲੋਂ ਕੀਤੀ ਗਈ ਪੜ੍ਹਾਈ ਦੇ ਨਵੇਂ ਸੈਸ਼ਨ ਦੌਰਾਨ ਪੇਰੈਂਟਸ ਨਾਲ ਹੋ ਰਹੇ ਲੁੱਟ ਨੂੰ ਬੰਦ ਕੀਤਾ ਜਾਵੇਗਾ। ਗੁਰਪ੍ਰੀਤ ਸਿੰਘ ਤਮੋਲੀ ਨੇ ਕਿਹਾ ਕਿ ਇਸ ਸਟੋਰ ਨੂੰ ਨੋ ਪ੍ਰੋਫਿਟ ਨੋ ਲੋਸ ਤੇ ਖੋਲ੍ਹਿਆ ਜਾ ਰਿਹਾ ਹੈ, ਕਿਉਂਕਿ ਰਾਜਪੁਰਾ ਵਿੱਚ ਕਿਤਾਬਾਂ ਦੇ ਨਾਂ ਤੇ ਮਾਪਿਆਂ ਨੂੰ ਬਹੁਤ ਲੁੱਟਿਆ ਜਾ ਰਿਹਾ ਹੈ। ਜੋ ਇਹ ਪੇਰੈਂਟਸ ਬੁੱਕ ਡਿਪੂ ਖੋਲ੍ਹਿਆ ਜਾ ਰਿਹਾ, ਇਹ ਪੇਰੈਂਟਸ ਐਸੋਸੀਏਸ਼ਨ ਵੱਲੋਂ ਖੋਲ੍ਹਿਆ ਜਾ ਰਿਹਾ ਨੋ ਪ੍ਰੋਫਿਟ ਨੋ ਲੋਸ 'ਤੇ। ਜੋ ਇੱਥੇ ਕਿਤਾਬਾਂ ਮਿਲਣਗੀਆਂ, ਜੋ ਰੇਟ ਮਾਲ ਸਾਨੂੰ ਪਰਚੇਜ ਪੈਣੀ ਹੈ, ਅਸੀਂ ਸੇਮ ਰੇਟ 'ਤੇ ਵੇਚਣਾ। ਕੋਈ ਇਹਦੇ 'ਚ ਇੱਕ ਰੁਪਿਆ ਵੀ ਅਸੀਂ ਪ੍ਰੋਫਿਟ ਨਹੀਂ ਲੈਣਾ ਹੈਗਾ। ਸਿਰਫ ਸੇਵਾ ਵਾਸਤੇ ਖੋਲ੍ਹਿਆ ਗਿਆ, ਉਹ ਵੀ ਇਸ ਕਰਕੇ ਖੋਲ੍ਹਿਆ ਗਿਆ ਕਿਉਂਕਿ ਸਕੂਲਾਂ ਅਤੇ ਉਹਦੇ ਚਹੇਤੇ ਦੁਕਾਨਦਾਰ ਦਾ ਇੱਕ ਮਜ਼ਬੂਤ ਗੱਠਜੋੜ ਹੈ ਜੋ ਪਿਛਲੇ 35-40 ਸਾਲ ਤੋਂ ਚੱਲ ਰਿਹਾ, ਅਤੇ ਉਹ ਮਤਲਬ ਕਿ ਪੇਰੈਂਟਸ ਦੀ ਬਹੁਤ ਵੱਡੀ ਲੁੱਟ ਕਰ ਰਹੇ ਨੇ। ਇਸ ਕਰਕੇ ਅਸੀਂ ਇਹ ਸਾਰਾ ਕੁਛ ਸਾਨੂੰ ਕਰਨਾ ਪੈ ਰਿਹਾ, ਮਜ਼ਬੂਰੀ ਬਸ ਉਹ ਵੀ ਤਾਂ ਕਰਨਾ ਪੈ ਰਿਹਾ ਕਿਉਂਕਿ ਉਹਦੇ ਮੁਕਾਬਲੇ ਕੋਈ ਹੋਰ ਦੁਕਾਨਦਾਰ ਮਾਲ ਨਹੀਂ ਲਿਆ ਰਿਹਾ ਸੀ। ਅਸੀਂ ਉਹਨਾਂ ਨੂੰ ਲਿਸਟਾਂ ਦੇ ਰਹੇ ਸੀ, ਪਿਛਲੇ ਸਾਲ ਵੀ ਦੇ ਕੇ ਆਏ, ਪਰ ਕਿਸੇ ਨੇ ਨਹੀਂ ਵੇਚੀਆਂ। ਪਰ ਜਦ ਤੱਕ ਕੋਈ ਵੇਚੇਗਾ ਨਹੀਂ ਤਾਂ ਪੇਰੈਂਟਸ ਨੂੰ ਫਾਇਦਾ ਕਿਵੇਂ ਹੋਏਗਾ? ਇਸ ਕਰਕੇ ਇਸ ਵਾਰ ਵੀ ਅਸੀਂ ਲਿਸਟਾਂ ਪ੍ਰੋਵਾਈਡ ਕਰਾਈਆਂ ਸਾਰੇ ਦੁਕਾਨਦਾਰਾਂ ਨੂੰ, ਆਪ ਜਾ ਕੇ ਦੇ ਕੇ ਆਏ, ਪਰ ਉਹਨਾਂ ਨੇ ਕਿਤਾਬਾਂ ਲਿਆਉਣ ਤੋਂ ਮਨ੍ਹਾ ਕਰ ਦਿੱਤਾ। ਉਹ ਕਹਿੰਦੇ ਇਹ ਸਾਡੇ ਵੱਸ ਦਾ ਕੰਮ ਨਹੀਂ ਹੈਗਾ, ਇਸ ਕਰਕੇ ਸਾਨੂੰ ਇਹ ਲੈਣੀਆਂ ਪਈਆਂ, ਅਸੀਂ ਸੇਵਾ ਕਰ। ਕਿੰਨੇ % ਤੁਸੀਂ ਲੈਸਨ ਦੇ ਰਹੇ ਹੋ? ਰਾਜਪੁਰਾ ਤੋਂ ਰਾਜੇਸ਼ ਟਹਿਰਾ ਦੀ ਰਿਪੋਰਟ, ਚੈਨਲ 2।